ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਜੀ ਆਇਆਂ ਨੂੰ ਜੀ, ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਮਾਸੀ ਦੇ ਘਰ ਆਈ ਲੜਕੀ ਨਾਲ ਸ਼ੁਰੂ ਹੋਈ ਪ੍ਰੇਮ ਕਹਾਣੀ ਦੋਵਾਂ ਦੀ ਜ਼ਿੰਦਗੀ ਲੈ ਕੇ ਇਸ ਤਰ੍ਹਾਂ ਖਤਮ ਹੋਈ ਲਵ ਸਟੋਰੀ, ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਸੋ ਹਰਿਆਣਾ ਦੇ ਸੋਨੀਪਤ ਵਿੱਚ ਪ੍ਰੇਮ ਸੰਬੰਧਾਂ ਦੇ ਕਾਰਨ ਇੱਕ ਨੌਜਵਾਨ ਲੜਕੇ ਅਤੇ ਲੜਕੀ ਨੇ ਰਾਜਧਾਨੀ ਐਕਸਪ੍ਰੈਸ ਅੱਗੇ ਛਾਲ ਮਾਰ ਕੇ ਜ਼ਿੰਦਗੀ ਸਮਾਪਤ ਕਰ ਲਈ ਹੈ। ਦੋਵਾਂ ਦੀਆਂ ਦੇਹਾਂ ਪਿੰਡ ਹਰਸਾਣਾ ਰੇਲਵੇ ਲਾਈਨ ਦੇ ਉੱਤੇ ਮਿਲੀਆਂ ਹਨ। ਲੜਕੀ ਦਾ ਨਾਮ ਦਿਵਿਆ, ਪਿੰਡ ਖੇਵੜਾ, ਅਤੇ ਨੌਜਵਾਨ ਦੀ ਪਹਿਚਾਣ ਗੜੀ ਸਿਸਾਣਾ ਵਾਸੀ ਕ੍ਰਿਸ਼ਨ ਦੇ ਰੂਪ ਵਿੱਚ ਹੋਈ ਹੈ। ਦੋਵੇਂ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸੰਬੰਧਾਂ ਵਿੱਚ ਚੱਲ ਰਹੇ ਸਨ। ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। GRP ਮਾਮਲੇ ਦੀ ਜਾਂਚ ਕਰ ਰਹੀ ਹੈ। ਗੜੀ ਸਿਸਾਣਾ ਦੇ ਇੱਕ ਨੌਜਵਾਨ ਕ੍ਰਿਸ਼ਨ ਅਤੇ ਖੇਵੜਾ ਦੀ ਇੱਕ ਲੜਕੀ ਦਿਵਿਆ ਦੀ ਮੌਤ ਦੇ ਮਾਮਲੇ ਵਿੱਚ ਨਵੀਂ ਜਾਣਕਾਰੀ ਮਿਲੀ ਹੈ। ਲੜਕੀ ਆਪਣੇ ਪਿੰਡ ਖੇਵੜਾ ਤੋਂ ਲਾਪਤਾ ਹੋਈ ਸੀ। ਉਸਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਬਹਾਲਗੜ੍ਹ ਵਿੱਚ ਗੁੰਮ ਹੋਣ ਸ਼ਿਕਾਇਤ ਦਿੱਤੀ ਸੀ। ਲੜਕੇ ਅਤੇ ਲੜਕੀ ਦੇ ਰਿਸ਼ਤੇ ਬਾਰੇ ਦੋਵਾਂ ਦੇ ਪਰਿਵਾਰਾਂ ਨੂੰ ਪਤਾ ਸੀ। ਨੌਜਵਾਨ ਕ੍ਰਿਸ਼ਨ ITI ਕਰਨ ਤੋਂ ਬਾਅਦ ਬਿਜਲੀ ਨਿਗਮ ਦੇ ਵਿੱਚ ਅਪ੍ਰੈਂਟਿਸ ਕਰ ਰਿਹਾ ਸੀ। GRP ਥਾਣੇ ਪੁੱਜੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸ਼ੰਕਾ ਜ਼ਾਹਰ ਕੀਤਾ ਹੈ ਕਿ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਰੇਆਮ ਧਮਕੀ ਦਿੱਤੀ ਸੀ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਨੌਜਵਾਨ ਜੇਲ੍ਹ ਵਿੱਚ ਉਸਦੇ ਬਾਹਰ ਆਉਂਦੇ ਹੀ ਉਸਦੀ ਹੱਤਿਆ ਕਰ ਦੇਣਗੇ।